लोग तो असी जिमें बहुत ज़्यादा खुश हाँ कि साढ़े कभी भी अज तक लाइफ च जीरो बिल नहीं आया, तो जीरो बिल आने नाल असी बहुत ज़्यादा खुश हाँ, साड़ी बहुत ज़्यादा बचत हो रही है। तुहाडा घर दा बिल किन्ना आया? जीरो। जी पहला किन्ना आंदा सी, गल करिए? पहले आ जांदा सी 2,000-2,500 इन्ना आ जांदा सी। ठीक है जी, इस तरह होए? हाँ जी हाँ जी। किन्ना बिल आया करदा? आ जांदा सी 3,000-4,000। हुण किन्ना आया जी? जीरो। ਤੁਹਾਡੇ ਘਰ ਦਾ ਕਿੰਨਾ ਬਿੱਲ ਹੈ? ਜ਼ੀਰੋ। ਪਹਿਲਾਂ ਕਿੰਨਾ ਆਉਂਦਾ ਸੀ? ਪਹਿਲੇ 7,000, 6,000, ਕਦੀ 4,500 ਇੰਨਾ ਆਉਂਦਾ। ਸਰਕਾਰ ਦਾ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਠੀਕ ਹੈ ਜੀ, ਬਹੁਤ ਵਧੀਆ ਫੈਸਲਾ, ਬਹੁਤ ਵਧੀਆ। ਇਸ ਟਾਈਮ ਜਿਹੜਾ ਹੁਣ ਬਿਲੋ ਬਿੱਲ ਆਉਂਦਾ 0 ਔਰ -40, ਅਸੀਂ ਇਸ ਨਾਲ ਬਹੁਤ ਖੁਸ਼ ਹਾਂ। ਸਰਕਾਰ ਤੋਂ 40 ਰੁਪਏ ਤੁਸੀਂ ਲੈਣੇ ਆ ਹੁਣ? ਹਾਂਜੀ ਅਸੀਂ ਲੈਣੇ ਆ। ਕਈ ਵਾਰ ਭਾਜੀ ਇਸ ਤਰ੍ਹਾਂ ਬਿੱਲ ਆਉਂਦਾ ਹੈ -63, ਅੱਛਾ -50, ਕਿ ਅਸੀਂ ਉਹਨਾਂ ਕੋਲੋਂ ਲੈਣੇ ਆ, ਸਰਕਾਰ ਤੋਂ ਪੈਸੇ, ਸਰਕਾਰ ਤੋਂ ਲੈਣੇ ਆ। ਹਾਂਜੀ ਪਹਿਲੀ ਵਾਰ ਹੋਇਆ 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 ਇਸ ਤਰ੍ਹਾਂ। ਹਾਂ ਹਾਂਜੀ। ਸ਼੍ਰੀ ਅਰਵਿੰਦ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਜੀ ਮਾਨ। ਰਿੰਕੂ ਸਾਡੀ ਜਾਨ ਏ ਜਲੰਧਰ ਦੀ ਸ਼ਾਨ, ਰਿੰਕੂ ਸਾਡੀ ਜਾਨ ਏ ਜਲੰਧਰ ਦੀ ਸ਼ਾਨ। ਅਕਾਲੀ ਕਾਂਗਰਸ ਹੀ ਕਹਿੰਦੇ ਅਸੀਂ ਜਿੱਤਾਂਗੇ। ਕੋਈ ਨਹੀਂ ਜਿੱਤਣਾ, 10 ਤਕੜੀ ਸਹੀ ਨਹੀਂ ਤੋਲਦੀ, ਕਾਲੀਆਂ ਦੀ ਤਕੜੀ ਸਹੀ ਨਹੀਂ ਤੋਲਦੀ। ਗੋਭੀ ਦਾ ਫੁੱਲ ਦੀਵਾ ਗੁੱਲ, ਕਿਸੇ ਨੇ ਕੁਛ ਨਹੀਂ ਕਰਨਾ। ਕਦੀ ਆਪਣੇ ਏਰੀਏ ਚ ਕਿਸੇ ਬੰਦੇ ਨੂੰ ਪੁੱਛ ਕੇ ਦੇਖੋ, ਕਿਸੇ ਨੇ ਕਦੀ ਸੰਤੋਖ ਸਿੰਘ ਚੌਧਰੀ ਹੋਣਾ ਨੂੰ ਦੇਖਿਆ ਸੀ? ਅਰਵਿੰਦ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਜੀ ਮਾਨ। ਸੋ ਲਗਾਤਾਰ ਗੱਲਬਾਤ ਕਰਦੇ ਹਾਂ ਕਿ ਆਖਰ ਲੋਕ ਸਭਾ ਚੋਣਾਂ ਦਾ ਧੁਰੰਦਰ ਕੌਣ ਹੋਵੇਗਾ, ਕੌਣ ਮਾਰੇਗਾ। ਬਾਜੀ ਮੇਰਾ ਨਾਮ ਮਤਾਵਾਂ, ਮੌਜੂਦ ਹੈ, ਗੱਲਬਾਤ ਕਰ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਾਰ ਮਾਨ ਸਰਕਾਰ ਵੱਡਾ ਦਾਅਵਾ ਕਰ ਰਹੀ ਹੈ ਕਿ ਘਰਾਂ ਦੇ ਬਿੱਲ ਜ਼ੀਰੋ ਆਏ ਆ, ਲੱਗਦਾ ਇਸ ਗੱਲ ਤੋਂ ਸਹਿਮਤ ਹੋ ਤੁਸੀਂ? ਬਿਲਕੁਲ ਜੀ, ਲੋਕ ਤਾਂ ਅਸੀਂ ਜਿਵੇਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਡੇ ਕਦੀ ਵੀ ਅੱਜ ਤੱਕ ਲਾਈਫ 'ਚ ਜ਼ੀਰੋ ਬਿੱਲ ਨਹੀਂ ਆਇਆ, ਅਤੇ ਜ਼ੀਰੋ ਬਿੱਲ ਆਉਣ ਨਾਲ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਸਾਡੀ ਬਹੁਤ ਜ਼ਿਆਦਾ ਬੱਚਤ ਹੋ ਰਹੀ ਹੈ। ਤੁਹਾਡਾ ਘਰ ਦਾ ਬਿੱਲ ਕਿੰਨਾ ਆਇਆ? ਜ਼ੀਰੋ। ਜੇ ਪਹਿਲਾਂ ਕਿੰਨਾ ਆਉਂਦਾ ਸੀ, ਗੱਲ ਕਰੀਏ? ਪਹਿਲੇ ਆ ਜਾਂਦੇ ਸੀ 2,000-2,500 ਇੰਨਾ ਆ ਜਾਂਦਾ ਸੀ। ਠੀਕ ਹੈ ਜੀ, ਇਸ ਤਰ੍ਹਾਂ ਹੋਇਆ? ਹਾਂਜੀ ਹਾਂਜੀ। ਕਿੰਨਾ ਬਿੱਲ ਆਇਆ ਕਰਦਾ? ਆ ਜਾਂਦਾ ਸੀ 3-4,000। ਹੁਣ ਕਿੰਨਾ ਆਇਆ ਜੀ? ਜ਼ੀਰੋ। ਤੁਹਾਡੇ ਘਰ ਦਾ ਕਿੰਨਾ ਬਿੱਲ ਆਇਆ? ਜ਼ੀਰੋ। ਪਹਿਲਾਂ ਕਿੰਨਾ ਆਉਂਦਾ ਸੀ? ਪਹਿਲੇ 7,000, 6,000, ਕਦੀ 4,500 ਇੰਨਾ ਆਉਂਦਾ। ਸਰਕਾਰ ਦਾ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਠੀਕ ਹੈ ਜੀ, ਬਹੁਤ ਵਧੀਆ ਫੈਸਲਾ, ਬਹੁਤ ਵਧੀਆ। ਘਰ ਦੇ ਖਰਚਿਆਂ 'ਚ ਫਿਰ ਆਈ ਹੈ ਕਮੀ ਆਈ ਹੈ? ਹਾਂਜੀ ਹਾਂਜੀ ਆਈ ਹੈ, ਕਿਉਂ ਨਹੀਂ ਆਈ ਹੈ? ਹਾਂਜੀ ਸੇਵਿੰਗ ਵਧੀ ਜਾਣ ਡਿਆ, 3-4,000 ਯਾਰ ਜਿਹੜਾ ਬਚਤ ਹੋਣ ਡਈ ਆ ਜ਼ੀਰੋ ਬਿੱਲ ਦੀ। ਹੋਰ ਕੀ ਚਾਹੀਦਾ ਬੀਬੀਆਂ ਨੂੰ? ਬੀਬੀਆਂ ਥੋੜਾ ਬਹੁਤਾ ਤੇ ਬਚਤ ਕਰਦੀਆਂ ਨਾ, ਠੀਕ ਹੈ ਨਾ? ਜਿਠਾਣੀ ਬੋਲਦੀਆਂ ਘਰਾਂ 'ਚ, ਇੱਥੇ ਬਿੱਲ ਤੂੰ ਦੇ ਤਾਂ ਮੈਂ ਦੇਣੀ ਆ, ਹੁਣ ਬਿਲਕੁਲ ਬੰਦ ਕਰ ਦਿੱਤਾ, ਖੁਸ਼ ਹਾਂ ਅਸੀਂ। ਲੜਾਈ ਬੰਦ ਹੋ ਗਈ, 35,000 ਰੁਪਏ ਲਾਉਂਦਾ ਸਿੰਘ ਜੀ ਮੇਰਾ 30,000 ਤੱਕ ਬਿੱਲ ਆਇਆ ਆਉਂਦਾ ਹੁੰਦਾ ਸੀਗਾ, ਤੇ ਇਸ ਟਾਈਮ ਜਿਹੜਾ ਹੁਣ ਬਿਲੋ ਬਿੱਲ ਆਉਂਦਾ 0 ਔਰ -40, ਅਸੀਂ ਇਸ ਨਾਲ ਬਹੁਤ ਖੁਸ਼ ਹਾਂ। ਸਰਕਾਰ ਤੋਂ 40 ਰੁਪਏ ਤੁਸੀਂ ਲੈਣੇ ਆ ਹੁਣ? ਹਾਂਜੀ ਅਸੀਂ ਲੈਣੇ ਆ -4 ਆ 40, ਪਰ ਦੇਖੋ ਅਸੀਂ ਪਹਿਲਾਂ 30,000 ਰੁਪਇਆ ਬਿੱਲ ਤਾਰਿਆ ਸੀ, ਤੇ ਉਹ ਸਾਡੇ ਕਈ ਵਾਰ ਭਾਜੀ ਇਸ ਤਰ੍ਹਾਂ ਬਿੱਲ ਆਉਂਦਾ ਹੈ -63, ਅੱਛਾ -50, ਕਿ ਅਸੀਂ ਉਹਨਾਂ ਕੋਲੋਂ ਲੈਣੇ ਆ, ਸਰਕਾਰ ਤੋਂ ਪੈਸੇ, ਸਰਕਾਰ ਤੋਂ ਲੈਣੇ ਆ। ਹਾਂਜੀ ਪਹਿਲੀ ਵਾਰ ਹੋਇਆ 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 ਇਸ ਤਰ੍ਹਾਂ। ਹਾਂਜੀ ਸ਼੍ਰੀ ਅਰਵਿੰਦ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਜੀ ਮਾਨ, ਸੁਸ਼ੀਲ ਰਿੰਕੂ, ਸੁਸ਼ੀਲ ਰਿੰਕੂ। ਜਿਨ੍ਹਾਂ ਦਾ ਸਭਾ ਚੋਣਾ ਹੈਗੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਕਿਹੜਾ ਪਰਸਨ ਜਿੱਤੂਗਾ, ਕੌਣ ਜਿੱਤੂਗਾ? ਸੁਸ਼ੀਲ ਰਿੰਕੂ, ਰਿੰਕੂ ਸਾਡੀ ਜਾਨ ਏ ਜਲੰਧਰ ਦੀ ਸ਼ਾਨ, ਰਿੰਕੂ ਸਾਡੀ ਜਾਨ ਏ ਜਲੰਧਰ ਦੀ ਸ਼ਾਨ, ਰਿੰਕੂ ਸਾਡੀ ਜਾਨ ਏ ਜਲੰਧਰ ਦੀ ਸ਼ਾਨ, ਰਿੰਕੂ 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 ਸੁਸ਼ੀਲ ਕੁਮਾਰ, ਰਿੰਕੂ ਸੁਸ਼ੀਲ ਕੁਮਾਰ, ਰਿੰਕੂ ਰਿੰਕੂ ਭਾਜੀ ਕੌਣ ਜਿੱਤੂ?
ਰਿੰਕੂ ਸਾਡਾ ਹੀਰੋ ਰਿੰਕੂ ਜਿੱਤੇਗਾ ਰਿੰਕੂ ਜਿੱਤੇ ਹਾਂਜੀ ਹਾਂਜੀ ਬਾਕੀ ਅਕਾਲੀ ਕਾਂਗਰਸੀ ਕਹਿੰਦੇ ਅਸੀਂ ਜਿੱਤਾਂਗੇ ਕੋਈ ਨਹੀਂ ਜਿੱਤਣਾ ਦਸ ਗਾਲੀਆਂ ਦੀ ਤੱਕੜੀ ਸਹੀ ਨਹੀਂ ਤੋਲਦੀ ਗਾਲੀਆਂ ਦੀ ਤੱਕੜੀ ਸਹੀ ਨਹੀਂ ਤੋਲਦੀ ਕੀ ਤੋਲਦੀ ਗੋਭੀ ਦਾ ਫੁੱਲ ਦੀਵਾ ਗੁੱਲ ਕਿਸੇ ਨੇ ਕੁਛ ਨਹੀਂ ਕਰਨਾ ਸਰਕਾਰ ਆਪਣੀ ਦਿੱਲੀ ਵਿੱਚ ਮੁੱਖ ਮੰਤਰੀ ਆਪਣੇ ਪੰਜਾਬ ਵਿੱਚ ਆਪਣਾ MLA ਆਪਣਾ ਤੇ MP ਨਹੀਂ ਲੋਕੀ ਆਪਣਾ ਚੁਣਨਗੇ ਝਾੜੂ ਦਾ MP ਨਹੀਂ ਚੁਣਨਗੇ ਲੋਕੀ ਅੱਜ ਕੱਲ੍ਹ ਬਹੁਤ ਸਮਝਦਾਰ ਹੋ ਗਏ ਹੈ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ ਲੇਡੀ ਲੇਡੀ ਦੀ ਫੇਵਰ ਕਰਦੇ ਹੋ ਕਰਮਜੀਤ ਕੌਰ ਤਾਂ ਹੁਣ ਲੇਡੀਜ਼ ਉਹਦੀ ਫੇਵਰ ਨਹੀਂ ਕਰੋ ਅਸੀਂ ਜਾਣਦੇ ਨਹੀਂ ਉਹਨੂੰ ਜ਼ਿਆਦਾ ਅਸੀਂ ਜਾਣਦੇ ਨਹੀਂ ਜਿਹਨੂੰ ਅਸੀਂ ਜਾਣਦੇ ਵੋਟ ਅਸੀਂ ਉਹਨੂੰ ਪਾਵਾਂਗੇ ਜਿਹਨੂੰ ਅਸੀਂ ਜਾਣਦੇ ਆ ਵੋਟ ਅਸੀਂ ਉਹਨੂੰ ਪਾਵਾਂਗੇ ਅਸੀਂ ਉਹਨੂੰ ਕਿੱਥੇ ਲੱਭਦੇ ਫਿਰਨਾ ਉਹ ਜਾਣਦੇ ਨਹੀਂ ਕਰਮਜੀਤ ਕੌਰ ਨੂੰ ਜਦੋਂ ਦੇ MP ਬਣੇ ਹੋਏ ਹੈ ਜਦੋਂ ਦੇ ਉਹ MP ਬਣੇ ਹੋਏ ਹੈ ਕਦੀ ਆਪਣੇ ਏਰੀਏ 'ਚ ਕਿਸੇ ਬੰਦੇ ਨੂੰ ਪੁੱਛ ਕੇ ਦੇਖੋ ਕਿਸੇ ਨੇ ਕਦੀ ਸੰਤੋਖ ਸਿੰਘ ਚੌਧਰੀ ਹੁਣਾਂ ਨੂੰ ਦੇਖਿਆ ਸੀ ਉਹਨਾਂ ਦੀ ਵਾਈਫ ਨੂੰ ਕਦੀ ਦੇਖਿਆ ਸੀ ਕਿਸੇ ਦੇ ਦੁੱਖ ਸੁੱਖ ਵਿੱਚ ਨਹੀਂ ਅਸੀਂ ਕਦੀ ਨਹੀਂ ਦੇਖਿਆ ਇੱਧਰ ਨਹੀਂ ਅਸੀਂ ਨਹੀਂ ਦੇਖਿਆ ਆਪਣੇ ਏਰੀਆ 'ਚ ਕਦੀ ਨਹੀਂ ਦੇਖਿਆ ਉਹਨਾਂ ਨੂੰ ਰਿੰਕੂ ਦੀ ਗੱਲ ਕਰੀ ਰਿੰਕੂ ਸਾਡੇ ਮਤਲਬ ਕਿ ਫੈਮਿਲੀ ਮੈਂਬਰ ਦੀ ਤਰ੍ਹਾਂ ਸਾਡੇ ਨਾਲ ਰਹਿੰਦੇ ਆ ਜਿੱਦਾਂ ਸਾਡੇ ਫੈਮਿਲੀ ਮੈਂਬਰ ਉੱਦਾਂ ਰਹਿੰਦੇ ਆ ਸਾਡੇ ਨਾਲ ਹਰ ਇੱਕ ਦੀ ਗੱਲ ਸੁਣਦੇ ਸਾਡੇ ਕੋਲ 24 ਘੰਟੇ ਰਾਤ 10 ਵਜੇ ਤੱਕ ਚੱਲ ਜਾਓ ਹਾਜ਼ਰ ਹੋਏਗਾ ਰਿੰਕੂ ਸਾਨੂੰ ਕੋਈ ਡਰ ਨਹੀਂ ਸੁਸ਼ੀਲ ਰਿੰਕੂ ਲੋਕ ਆਪਣੇ ਤਰੀਕੇ ਦੇ ਨਾਲ ਸੁਸ਼ੀਲ ਰਿੰਕੂ ਦੀ ਇਸ ਵਕਤ ਜਿਹੜੀ ਹੈ ਉਹ ਸਪੋਰਟ ਕਰ ਰਹੇ ਆ ਦੇਖਣਾ ਇਹੋ ਹੈ ਕਿ ਆਉਣ ਵਾਲੀ 10 ਮਈ ਨੂੰ ਕਿਸ ਤਰ੍ਹਾਂ ਲੋਕ ਆਪਣੇ ਕੀਮਤੀ ਵੋਟ ਦਾ ਭੁਗਤਾਨ ਕਰਦੇ ਆ ਅਤੇ ਆਉਣ ਵਾਲੀ 13 ਮਈ ਨੂੰ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ